ਮਾਰਦਾ ਤੁਸੀਂ ਤਾਂ ਮੇਰੇ ਨਾਲ ਜੋਨ ਮਰਨ ਦੇ ਵਾਅਦੇ ਕੀਤੇ ਸੀ ਨਾ ਫਿਰ ਹੁਣ ਡਰ ਕਿਉਂ ਰਹੇ ਹੋ ਮੇਰੇ ਤੋਂ ਉੱਲਾ ਸੈਂਟੀ ਪਾ ਪੈਗ ਪਤੰਦਰ ਅੱਜ ਤਾਂ ਅੰਗਰੇਜ਼ੀ ਲਈ ਕਰਦਾ ਉਹ ਹੋਰ ਯਾਰ ਅੰਗਰੇਜ਼ੀ ਪੀ ਲਈਏ ਮਾਂ ਚੱਲ ਦੇਸੀ ਪੀ ਕੇ ਮਨ ਜਾ ਭਰ ਲਿਆ ਸੀਗਾ स्कूल चौड़ तू कर छित्र मेरे पैदे जी और फिर अपना खून ना खून मिलता है हां भाई ਸੋਨੀ ਦੀ ਪਤੰਦਰਾ ਦਸ ਤਾਂ ਵੱਜੇ ਪਏ ਨੇ ਬਾਕੀ ਮੈਂ ਸਵੇਰੇ ਛੱਡ ਗਿਆ ਉਹਦੇ ਪਿੰਡਾਂ ਕੀ ਹੋ ਗਿਆ ਉੱਥੇ ਉਹ ਕੁਛ ਨਹੀਂ ਬਈ ਯਾਰ ਮੇਰੇ ਵਾਲੀ ਸਾਲੀ ਬਿਮਾਰ ਹੋ ਗਈ ਆ ਸਾਰੇ ਡਾਕਟਰ ਕੋਲੇ ਤਾਂ ਲੈ ਕੇ ਨਹੀਂ ਜਾਂਦੇ ਉਹਨੂੰ ਸਿਆਣਿਆਂ ਕੋਲੇ ਚੱਕੀ ਫਿਰਦੇ ਨੇ ਕਹਿੰਦੇ ਉਹ 'ਚ ਪਰੇਤ ਆਉਂਦਾ ਲੈ ਉਹ ਬਈ ਹੁੰਦੀਆਂ ਤਾਂ ਹੈਗੀਆਂ ਨੇ ਗੱਲਾਂ ਇਹ ਉਹ ਯਾਰ ਮੇਰੇ ਯਾਰ ਤੂੰ ਵੀ ਪੜ੍ਹਿਆ ਲਿਖਿਆ ਹੋ ਕੇ ਕਹੀਆਂ ਗੱਲਾਂ ਕਰਦਾ ਭੂਤਾਂ ਪ੍ਰੇਤਾਂ ਹੁੰਦੀਆਂ ਨਹੀਂ ਆ ਬਈ ਹੁੰਦੀਆਂ ਨੇ ਜਿਹਦੇ ਨਾਲ ਬਣ ਜਾਂਦੀ ਆ ਉਸ ਨੂੰ ਪਤਾ ਹੁੰਦਾ ਹੈਗਾ ਹੁਣ ਤੇਰੇ ਨਾਲ ਬਣੀ ਤੈਨੂੰ ਪਤਾ ਨਹੀਂ ਹੈਗਾ ਯਾਰ ਕਿਹੜਾ ਸਮਝਾਵੇ ਤੈਨੂੰ ਚੱਲ ਛੱਡ ਪੈਗ ਪਾ ਯਾਰ ਪੇਗ ਤਾਂ ਮੈਂ ਪਾਉਣਾ ਸੱਚਾ ਮੈਂ ਇੱਕ ਗੱਲ ਹੋਰ ਸੁਣੀ ਆ ਕੀ ਹੋਏ ਕਹਿੰਦੇ ਤੂੰ ਦਾਰੂ ਇਹ ਬਹੁਤ ਪੀਣ ਲੱਗ ਗਿਆ ਦਿਨੇ ਦਿਨੇ ਵੀ ਲਾ ਲੈਣਾ ਉਹ ਕਾਹਨੂੰ ਪੀਂਦਾ ਦਿਨੇ ਦਿਨੇ ਯਾਰ ਉਹ ਇੰਨੀ ਨਾ ਪੀਆ ਕਰ ਪਤੰਦਰਾ ਉਹ ਨਾ ਨਾ ਮੈਂ ਕਾਹਨੂੰ ਪੀਂਦਾ ਹੁਣ ਦੇਖ ਲੈ ਆਪਾਂ ਕਿੰਨੇ ਕੁ ਪੀਤੀ ਹੈਗੀ ਤੇਰੇ ਸਾਹਮਣੇ ਉਹ ਪੀਤੀ ਦਾ ਕੁਛ ਨਹੀਂ ਇਹਦਾ ਚੱਲ ਆਇਆ ਵੀ ਕਦੇ ਕਦੇ ਸ਼ੁਗਲ ਮੇਲਾ ਹੁੰਦਾ ਤਾਂ ਪੀ ਲੈਣੇ ਡੇਲੀ ਤਾਂ ਸਾਲੀ ਇਹ ਵੀ ਮਾੜੀ ਹੈ ਡੇਲੀ ਕਾਹਨੂੰ ਪੀਂਦਾ ਮੈਂ ਉਹ ਪਤੰਦਰਾ ਇਹਦਾ ਡਾਕਟਰ ਵੀ ਕਹਿੰਦੇ ਰਹਿੰਦੇ ਨੇ ਵੀ ਬੰਦੇ ਨੂੰ ਪੈਗ ਪੁੱਗ ਲਾਉਣਾ ਚਾਹੀਦਾ ਖੂਨ ਦਾ ਸਰਕਲ ਚੱਲਦਾ ਰਹਿੰਦਾ ਥੋੜ੍ਹਾ ਬਹੁਤਾ ਤੈਨੂੰ ਵੀ ਪਤੰਦਰਾ ਗੱਲਾਂ 'ਚ ਕੋਈ ਨਹੀਂ ਹਰਾ ਸਕਦਾ ਨਾਲੇ ਮੇਰੀ ਗੱਲ ਸੁਣਾ ਜਿੱਦੇ ਤਾਂ ਪੇਗ ਪੁੱਗ ਲਾਉਣਾ ਹੁੰਦਾ ਮੈਨੂੰ ਦੱਸ ਦਿਆ ਕਰਨ ਵਾਲੇ ਪਤੰਦਰਾ ਆਪਾਂ ਮੀਟ ਮੂਟ ਖਾ ਲਿਆ ਕਰਾਂਗੇ ਉਹ ਚੱਲ ਛੱਡ ਯਾਰ ਤੂੰ ਪੈਗ ਬਣਾ ਮੋਟਾ ਜਾ ਚੱਲੀਏ ਫਿਰ ਘਰੇ ਕਿ ਵੇਲਾ ਹੋ ਰਿਹਾ ਜਾਣ ਨੂੰ ਪਤੰਦਰਾ ਕੀ ਵਾ ਤਾਂ ਕਾਲੀ ਬਹੁਤ ਕਰਦਾ ਉਹ ਨਹੀਂ ਤੈਨੂੰ ਪਤਾ ਖੇਤਾਂ 'ਚ ਘਰ ਆ ਯਾਰ ਜਵਾਕ ਇਕੱਲੇ ਨੇਗੇ ਉਹ ਤੈਨੂੰ ਉਦੋਂ ਬਥੇਰਾ ਜ਼ੋਰ ਲਾਇਆ ਪਤੰਦਰਾ ਵੀ ਨਾ ਜਾ ਖੇਤਾਂ 'ਚ ਨਾ ਜਾ ਟਲੀ ਨਹੀਂ ਹੈਗਾ ਪਤੰਦਰਾ ਤੂੰ ਜਗ੍ਹਾ ਘੱਟ ਦੀ ਯਾਰ ਉਹਦੇ ਸਰਦਾਂ 'ਚ ਤੈਨੂੰ ਪਤਾ ਤਾਂ ਹੈਗਾ ਫਿਰ ਹੁਣ ਡੰਗਰ ਪਸ਼ੂ ਵੀ ਰੱਖਣਾ ਜ਼ਰੂਰੀ ਹੈ ਉਹ ਤਾਂ ਤੇਰੀ ਠੀਕ ਹੈ ਗੱਲ ਪਰ ਪਿੰਡ ਵਰਗੀ ਮੌਜ ਕਿੱਥੇ ਹੈ ਮੌਜ ਤਾਂ ਪਿੰਡ ਵਰਗੀ ਤਾਂ ਆਪਾਂ ਭੱਜ ਕੇ ਬੋਲ ਮਾਰ ਲੈਂਦੇ ਜੇ ਕੋਈ ਚੀਜ਼ ਵਕਤ ਦੀ ਲੋੜ ਪੈ ਜੇ ਹੁਣ ਕਦੋਂ ਤਾਂ ਫੋਨ ਲਾਇਆ ਕਦੋਂ ਕੋਈ ਗਿਆ ਪਿੰਡ ਵਰਗੀ ਤਾਂ ਨਹੀਂ ਮੌਜ ਹੈਗੀ ਬਾਈ ਤਾਂ ਜਾ ਫਿਰ ਤੂੰ ਲੇਟ ਨਾ ਚੱਲ ਠੀਕ ਹੈ ਮੈਂ ਜਾਂਦਾ ਬਗ ਜਾਂ ਕੇ ਛੱਡ ਗਿਆ ਵਾ ਨਾ ਨਾ ਬਾਬੂ ਜੀ ਤੈਨੂੰ ਪਤਾ ਤਾਂ ਹੈਗਾ ਮੈਂ ਤੱਖਾਂ ਵਿੱਚ ਕੇ ਮੋਟਰਾਂ ਚਲਾ ਲੈਂਦਾ ਐਂ ਦਾ ਪਤਾ ਮੈਨੂੰ ਤੇਰਾ हेलो हां दीपे ਕਰੇ ਤਾਂ ਮੈਂ ਆਜੂ ਖਸਮਾ ਤੂੰ ਗੱਲ ਤਾਂ ਦੱਸ ਦੇ ਕੀ ਹੋ ਗਈ ਉਹ ਮੇਰੇ ਯਾਰ ਬਾਹਰ ਇੰਨੀ ਨੇਰੀ ਆ ਰਹੀ ਹੈ ਬਿਜਲੀ ਅਸਕਣ ਲੱਗ ਰਹੀ ਹੈ ਤੂੰ ਗੱਲ ਤਾਂ ਦੱਸ ਦੇ ਉਹ ਯਾਰ ਦੱਸ ਦੇ ਮੈਨੂੰ ਪਰ ਸੋਚ ਲੱਗੀ ਰਹੂ ਯਾਰ ਚੱਲ ਕੋਈ ਨਾ ਆਉਣਾ ਮੈਂ ਪ੍ਰਵੀਨਾ ਉੱਠ ਯਾਰ ਬਾਹਰ ਕਿੰਨੀ ਨੇਰੀ ਆ ਰਹੀ ਹੈ ਤੇ ਬਿਜਲੀ ਲਸ਼ਕਣ ਲੱਗ ਰਹੀ ਆ ਹਾਂਜੀ ਕੀ ਹੋਇਆ ਉਹ ਕੁਛ ਨਹੀਂ ਯਾਰ ਦੀਪੇ ਨੇ ਫੋਨ ਕਰਿਆ ਪਤਾ ਨਹੀਂ ਆਪਦੀ ਘਰ ਵਾਲੀ ਲੜ ਪਿਆ ਪਤਾ ਨਹੀਂ ਆਪਦੇ ਭਾਈ ਨਾਲ ਕਹਿੰਦਾ ਹੁਣੀ ਆ ਹੁਣ
ਚਲਾਉਂਦੇ ਉਹਨਾਂ ਨੂੰ ਵੀ ਕੀ ਗੱਲ ਹੋ ਗਈ? ਓਏ ਫੋਨ ਤੇ ਦੱਸਿਆ ਨਹੀਂ ਯਾਰ, ਕਹਿੰਦਾ ਘਰੇ ਆ ਘਰੇ, ਹੁਣ ਜਾਣਾ ਤਾਂ ਪਊਗਾ ਮੈਨੂੰ। ਐਨੀ ਰਾਤ ਨੂੰ ਤੁਸੀਂ ਉਹਨਾਂ ਦੇ ਘਰ ਜਾਓਗੇ? ਮੇਰੀ ਗੱਲ ਸੁਣ ਲਓ, ਮੈਨੂੰ ਤਾਂ ਇਕੱਲੇ ਨੂੰ ਡਰ ਲੱਗਦਾ ਘਰੇ। ਓ ਨਹੀਂ ਯਾਰ, ਹੁਣ ਜਾਣਾ ਪਊਗਾ ਜਦੋਂ ਫੋਨ ਹੀ ਕਰਤਾ। ਚੱਲ ਤੂੰ ਮੇਰੇ ਵਾਸਤੇ ਪਾਣੀ ਲਿਆ ਕੋਈ ਨਾ। ਲਿਆਉਣੀ ਚਾਬੀ ਮੈਂ ਨਾਲ ਲੈ ਜੂਗਾ, ਟੈਂਸ਼ਨ ਨਾ ਲੈ। ਤੇ ਇੱਕ ਗੱਲ ਹੋਰ, ਆਪਣਾ ਨਾ ਫ੍ਰਿਜ ਕਰੰਟ ਮਾਰਦਾ ਗਾ, ਉਹ ਕਦੇ ਚੱਲ ਪੈਂਦਾ ਆਪਦੇ ਆਪ, ਕਦੇ ਬੰਦ ਹੋ ਜਾਂਦਾ, ਉਹ ਵੀ ਦੇਖ ਲਿਓ ਮਾੜਾ ਜਿਹਾ ਤੁਸੀਂ। ਕੋਈ ਨਾ, ਹੁਣ ਤਾਂ ਮੈਨੂੰ ਜਾਣਦੇ, ਹੁਣ ਉਹਨੇ ਫੋਨ ਹੀ ਕਰਤਾ, ਜਦੋਂ ਜੇ ਐਸੀ ਵੈਸੀ ਗੱਲ ਹੋ ਗਈ ਫਿਰ ਵੀ ਗਿਆ ਨਾ ਗਿਆ। ਚਲੋ ਜਿਵੇਂ ਤੁਹਾਨੂੰ ਸਹੀ ਲੱਗੇ। ਚੱਲ ਮੈਂ ਜਿੰਦਾ ਲਾ ਜੂੰਗਾ, ਚਾਬੀ ਮੈਂ ਨਾਲ ਲੈ ਜੂੰਗਾ, ਠੀਕ ਹੈ? ਆਪਦਾ ਗੇਟ ਲਾ ਕੇ ਸੌਂ ਜਾ। ਠੀਕ ਹੈ, ਧਿਆਨ ਨਾਲ ਜਾਇਓ। ਮੌਸਮ ਵੀ ਇੰਨਾ ਜ਼ਿਆਦਾ ਖਰਾਬ ਹੋ ਰਿਹਾ, ਉੱਪਰੋਂ ਦੀ ਬਿਜਲੀ ਲਸ਼ਕਰੀ ਆ, ਮੈਨੂੰ ਤਾਂ ਇਕੱਲੀ ਨੂੰ ਛੱਡ ਗਏ ਘਰੇ, ਡਰ ਲੱਗੇ ਜਾ ਰਿਹਾ, ਮੈਂ ਕੀ ਕਰਾਂ? ਚੱਲ ਆਹ ਬੋਤਲ ਤਾਂ ਫਰਿੱਜ 'ਚ ਰੱਖ ਕੇ ਆਵਾਂਗੇ। ਭੈਣੇ ਤਾਂ ਘਰੇ ਫੋਨ ਕਰਤਾ? ਹਾਂ ਵੀਰੇ, ਮੈਂ ਕਰਤਾ ਘਰੇ ਫੋਨ ਤਾਂ। ਅੱਛਾ ਭੈਣੇ, ਫਿਰ ਤੁਸੀਂ ਇਸ ਵੇਲੇ ਕਿਵੇਂ? ਅਸੀਂ ਵੀਰੇ ਰਿਸ਼ਤੇਦਾਰੀ ਚ ਆਉਂਦੇ, ਸਾਡੇ ਟਰੱਕ ਨੇ ਫੇਟ ਮਾਰੀ। ਅੱਛਾ ਬਈ, ਪਿੰਡ ਕਿਹੜਾ ਬਾਈ ਤੇਰਾ? ਪਿੰਡ ਕਿਹੜਾ ਬਾਈ ਤੇਰਾ? ਭੈਣੇ ਮੈਂ ਤੈਨੂੰ ਪੁੱਛਣਾ ਪਿੰਡ ਕਿਹੜਾ ਤੇਰਾ? ਕੀ ਆ ਯਾਰ ਬੋਲੇ, ਲੈ ਭੈਣੇ ਆ ਗਿਆ ਤੇਰਾ ਹਸਪਤਾਲ। ਚੱਕਲਾ ਫੋਨ ਯਾਰ। ਚੱਕਲਾ ਯਾਰ ਦੀਪੇ, ਓਏ ਦੀਪੇ, ਓਏ ਦੀਪੇ, ਓਏ ਕਿਹੜਾ ਆ ਗਿਆ ਅੱਧੀ ਰਾਤ ਨੂੰ? ਨੋ ਟਾਈਮ, ਨੋ ਟਾਈਮ ਉਹ ਖੜ ਜਾ ਬਈ, ਆਉਣਾ ਯਾਰ, ਖੜ ਜਾ ਹੁਣ। ਉਹ ਕਿਹੜਾ ਬਾਈ? ਉਹ ਮੈਂ ਆ ਬਾਈ, ਸੈਂਟੀ ਗੇਟ ਖੋਲ ਦੇ। ਓਏ ਸੈਂਟੀ, ਤੂੰ ਇਸ ਵੇਲੇ ਕਿਵੇਂ? ਓਏ ਉਹ ਤਾਂ ਠੀਕ ਆ ਯਾਰ, ਤੂੰ ਮੇਰਾ ਫੋਨ ਫੂਨ ਤਾਂ ਚੱਕ ਲਿਆ ਕਰ। ਓਏ ਤੈਂ ਮੈਨੂੰ ਕਿਹੜਾ ਫੋਨ ਕਰਿਆ? ਉਹ ਕਰਿਆ ਯਾਰ, ਪਹਿਲਾਂ ਤੈਂ ਨਹੀਂ ਮੈਨੂੰ ਫੋਨ ਕਰਿਆ।
ਕਮਾਲ ਹੈ ਆ ਜਾ ਬਹਿ ਕੇ ਗੱਲ ਕਰ ਚੱਲ ਓਏ ਹਾਂ ਬਾਈ ਤੂੰ ਦੱਸ ਹੁਣ ਮੈਨੂੰ ਅੱਧੀ ਰਾਤ ਕਿਵੇਂ ਬੁਲਾ ਲਿਆ ਓਏ ਤੇਰਾ ਦਿਮਾਗ ਖਰਾਬ ਹੋ ਰਿਹਾ ਤੂੰ ਮੈਨੂੰ ਜਾਗਦੇ ਨੂੰ ਪਾਉਂਦੇ ਪਾਉਣ ਲੱਗ ਰਿਹਾਗਾ ਮੈਂ ਮੂਹੀ ਤੈਨੂੰ ਫੋਨ ਲਾਇਆ ਉਹ ਖੜ ਜਾ ਮੈਂ ਤੈਨੂੰ ਕਾਰਡ ਡਿਟੇਲ ਕੱਢ ਕੇ ਦਿਖਾਉਂਦਾ ਦਿਖਾ ਦਿਖਾਉਂਦਾ ਦਿਖਾ ਆ ਜਾ ਮੇਰਾ ਨੰਬਰ ਕਿੱਥੇ ਹੈ ਉਹ ਬਾਈ ਤੈਂ ਮੈਨੂੰ ਫੋਨ ਕਰਿਆ ਦੀ ਯਾਰ ਤੂੰ ਯਕੀਨ ਕਿਉਂ ਨਹੀਂ ਮੰਨਦਾ ਲੈ ਹਾਲੇ ਮੈਨੂੰ ਕਹਿੰਦਾ ਮੰਨਦਾ ਉਹ ਮੈਨੂੰ ਲੱਗਦਾ ਦਾਰੂ ਦੇ ਨਾਲ ਤੂੰ ਤਾਂ ਹੋਰ ਅੱਗੇ ਸਵਾ ਖਾਣ ਲੱਗ ਗਿਆ ਉਹ ਬਾਈ ਯਾਰ ਤੈਂ ਫੋਨ ਕਰਿਆ ਯਾਰ ਮੈਂ ਤੈਨੂੰ ਕਿਵੇਂ ਯਕੀਨ ਦਵਾਂ ਖੜ ਜਾ ਮੇਰਾ ਫੋਨ ਰਿਕਾਰਡਿੰਗ 'ਤੇ ਲੱਗਾ ਮੈਂ ਤੈਨੂੰ ਰਿਕਾਰਡਿੰਗ ਸੁਣਾ ਰਿਕਾਰਡਿੰਗ ਸੁਣਾ ਆ ਸੁਣ ਘਰੇ ਆ ਜਾ ਬਈ ਘਰੇ ਆ ਜਾ ਬਈ ਘਰੇ ਛੇਤੀ ਆ ਜਾ ਘਰੇ ਉਹ ਆ ਜਾ ਜਰਾ ਉਹ ਛੇਤੀ ਆ ਕੀ ਸਾਲਿਆ ਮੇਰੀ ਆਵਾਜ਼ ਆ ਗਈ ਤੈਨੂੰ ਕੀ ਹੋ ਰਿਹਾ ਕਿਵੇਂ ਬੌਂਦਲੇ ਜਿਹੇ ਰਿਹਾ ਉਹ ਕੁਛ ਨਹੀਂ ਬਾਈ ਜਦੋਂ ਮੈਂ ਰਸਤੇ 'ਚੋਂ ਨਹੀਂ ਆਇਆ ਹਾਂ ਜਦੋਂ ਮੈਂ ਆਪਣੇ ਪਿੰਡ ਵਾਲਾ ਅੱਡਾ ਟੱਪਿਆ ਉੱਥੇ ਰਾਤ 'ਚ ਮੈਨੂੰ ਇੱਕ ਜਨਾਨੀ ਮਿਲੀ ਸੀ ਉਹ ਮੈਨੂੰ ਕਹਿੰਦੀ ਬਾਈ ਮੈਨੂੰ ਹਸਪਤਾਲ ਛੱਡ ਗਿਆ ਚੱਲ ਮੈਂ ਉਹਨੂੰ ਲੈ ਗਿਆ ਬਾਈ ਜਦੋਂ ਮੈਂ ਹਸਪਤਾਲ ਕੋਲ ਲਾਹੀ ਉਹ ਬਾਈ ਆਪਦੇ ਆਪ ਗਾਇਬ ਹੋ ਗਈ ਉਹ ਬਾਈ ਆ ਗਈ ਗੱਲ ਮੇਰੇ ਯਾਦ ਆਪਣੇ ਪਿੰਡ ਵਾਲੇ ਸੱਚੀ ਗੱਲ ਕਹਿੰਦੇ ਹੁੰਦੇ ਸੀਗੇ ਉੱਥੇ ਇੱਕ ਤੀਵੀਂ 'ਤੇ ਬੰਦੇ ਦਾ ਐਕਸੀਡੈਂਟ ਹੋਇਆ ਸੀਗਾ ਅੱਛਾ ਤੀਵੀਂ ਤਾਂ ਥੌਂਤੀ ਮਰ ਗਈ ਸੀਗੀ ਅਤੇ ਬੰਦਾ ਹਸਪਤਾਲ 'ਚ ਜਾ ਕੇ ਮਰ ਗਿਆ ਸੀਗਾ ਅਤੇ ਹੁਣ ਉਹ ਜਨਾਨੀ ਹਰੇਕ ਨੂੰ ਜਦੋਂ ਕੋਈ ਰਾਤ ਨੂੰ ਮਿਲਦਾ ਹੈਗਾ ਉਹਨੂੰ ਭੂਤ ਬਣ ਕੇ ਟੱਕਰ ਦੀਏਗੀ ਅਤੇ ਉਹਨੂੰ ਬਠ ਕਹਿ ਦਿੰਦੀ ਮੈਨੂੰ ਮੋਟਰਸਾਈਕਲ ਛੱਡ ਗਿਆ ਜਾਂ ਕਾਰ 'ਤੇ ਸੱਚੀ ਗੱਲ ਆ ਬਾਈ ਹਾਂ ਬਾਈ ਤੂੰ ਤਾਂ ਬੰਦਾ ਕਹਿੰਦਾ ਸਾਰੀ ਭੂਤ ਨੂੰ ਚੜ੍ਹੀ ਫਿਰੀ ਗਿਆ ਇਹਦਾ ਮਤਲਬ ਬਾਈ ਮੈਂ ਸੱਚੀ ਇੱਕ ਭੂਤ ਨੂੰ ਚੜ੍ਹੀ ਫਿਰੀ ਹਾਂ ਬਾਈ ਜਮਾਂ ਸੱਚੀ ਗੱਲ ਆ ਇਹ ਚੱਲ ਠੀਕ ਆ ਬਾਈ ਮੈਂ ਤਾਂ ਜਾਂਦਾ ਉਹ ਬਹਿ ਜਾ ਆਪਾਂ ਪੈਸੇ ਗਿਲਾਵਾਂਗੇ ਉਹ ਬਾਈ ਤੂੰ ਤਾਂ ਬੋਲੀ ਕਿਵੇਂ ਜਾਂਦਾ ਯਾਰ ਉਹ ਮੂੰਹ ਨਾ ਬੋਲਦਾ ਹੋਰ ਕਿਵੇਂ ਬੋਲਦਾ ਮੈਂ ਚੱਲ ਬਹਿ ਜਾ ਪੈਸੇ ਗਿਲਾਵਾਂਗੇ ਉਹ ਨਾ ਬਾਈ ਮੇਰੀ ਗੱਲ ਤਾਂ ਸੁਣ ਯਾਰ ਤੇਰੀ ਭਰਜਾਈ ਕੱਲੀ ਆ ਯਾਰ ਮੈਨੂੰ ਜਾਣ ਦੇ ਬਹਿ ਜਾ ਯਾਰ ਪੈਸੇ ਗਿਲਾਵਾਂਗੇ ਤੂੰ ਤਾਂ ਬੋਲਦਾ ਹੀ ਹੋਰ ਸਾਹ ਬੋਲਦਾ ਹੋਰ ਸਾਹ ਮੈਂ ਜਿਵੇਂ ਬਾਈ ਸੱਤੂ ਤੂੰ ਇਸ ਵੇਲੇ ਕਿੱਧਰ ਆ ਉਹ ਬਾਈ ਮੇਰੀ ਤਾਂ ਛੱਡ ਤੂੰ ਕਿੱਧਰ ਫਿਰਦਾ ਉਹ ਕੁਛ ਨਹੀਂ ਬਾਈ ਯਾਰ ਮੈਨੂੰ ਤਾਂ ਦੀਪੇ ਨੇ ਫੋਨ ਕਰਿਆ ਸੀ ਕਹਿੰਦਾ ਘਰੇ ਆ ਕੇ ਜਾ ਜਦੋਂ ਮੈਂ ਗਿਆ ਉੱਥੇ ਜਾ ਕੇ ਮੁੱਕਰ ਗਿਆ ਕਹਿੰਦਾ ਮੈਂ ਤਾਂ ਤੈਨੂੰ ਬੁਲਾਈ ਨਹੀਂ ਹੈਗਾ ਉਹ ਬਾਈ ਤੇਰਾ ਦਿਮਾਗ ਤਾਂ ਸੈੱਟ ਆ ਕੀ ਹੋ ਰਿਹਾ ਤੈਨੂੰ ਦੀਪੇ ਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਮੈਂ ਹੁਣੀ ਹਸਪਤਾਲ 'ਚੋਂ ਆਇਆ ਬਾਈ ਉਹ ਤਾਂ ਦੋਵੇਂ ਮਰ ਗਏ ਕੀ ਬਾਈ ਦੋਵੇਂ ਮਰ ਗਏ ਤੂੰ ਪਾਸੇ ਹਟ ਬਾਈ ਇਸ ਵੇਲੇ ਬੱਬੂ ਨਾਲੇ ਪਰ ਵੀ ਨਹੀਂ ਖੜੀ ਇਹਦੇ ਕੋਲ ਚੱਲ ਕੋਈ ਨਹੀਂ ਬੱਬੂ ਕੀ ਹੋਇਆ ਬੱਬੂ ਤੈਨੂੰ ਬਾਈ ਦੀਪਾ ਉਹਦੇ ਘਰ ਵਾਲੀ ਅਤੇ ਸੱਤੂ ਦਾ ਐਕਸੀਡੈਂਟ ਹੋ ਗਿਆ ਅੱਛਾ ਯਾਰ ਹਾਂ ਸੱਤੂ ਤਾਂ ਹਸਪਤਾਲ 'ਚ ਜਾ ਕੇ ਮਰਿਆ ਦੀਪਾ ਅਤੇ ਉਹਦੇ ਘਰ ਵਾਲੀ ਥਾਂ 'ਤੇ ਮਰ ਗਿਆ ਅੱਛਾ ਯਾਰ ਸੱਤੂ ਵੀ ਮਰ ਗਿਆ ਹਾਂ ਬਾਈ ਚੱਲ ਕੋਈ ਨਹੀਂ ਬਾਈ ਤੂੰ ਚੱਲ ਮੈਂ ਆਉਣਾ ਅਸੀਂ ਤੇਰੇ ਨਾਲ ਆ ਹਿੰਮਤ ਨਾ ਹਾਰੀ ਉਹ ਚੱਲ ਤੇਰੇ ਮੰਗ ਰਹੀ ਹੋਣਾ ਤੂੰ ਛੇੜ ਮੋਟਰਸਾਈਕਲ ਦਾ ਛੇੜਾ ਤੁਸੀਂ ਕਿਉਂ ਇੰਨੇ ਘਾਬਰੇ ਉਹ ਕੁਛ ਨਹੀਂ ਹੋਇਆ ਪ੍ਰਵੀਨ ਚੱਲ ਚੱਲ ਮੈਂ ਤੈਨੂੰ ਅੰਦਰ ਦੱਸ ਦਿੰਦਾ ਉਹ ਕੁਛ ਨਹੀਂ ਜਦੋਂ ਮੈਂ ਉਹ ਰੁਕਿਆ ਨਾ ਰਸਤੇ 'ਚ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਸਭ ਚੀਜ਼ਾਂ ਹੁੰਦੀਆਂ ਨੇ ਗੱਲ ਕਰ ਤੁਸੀਂ ਨਹੀਂ ਮੇਰੀ ਗੱਲ ਦਾ ਯਕੀਨ ਕਰਿਆ ਮੈਨੂੰ ਤਾਂ ਯਾਰ ਐਂ ਲੱਗਦਾ ਜਿਵੇਂ ਬੱਬੂ ਵੀ ਕੋਈ ਆਤਮਾ ਸੀ ਉਹ ਨਹੀਂ ਤੁਹਾਨੂੰ ਤਾਂ ਵੈਸੇ ਹੀ ਲੱਗਦਾ ਬੱਬੂ ਕੋਈ ਆਤਮਾ ਨਹੀਂ ਸੀ ਉਹ ਦੂਰੋਂ ਇੱਕ ਮਿੰਟ ਮੈਂ ਪਿੰਡ ਕਿਸੇ ਨੂੰ ਫੋਨ ਲਾ ਕੇ ਪੁੱਛਦਾ ਵੀ ਕਿਹੜਾ ਕਿਹੜਾ ਮਰੀ ਉਹ ਬਾਈ ਮੈਨੂੰ ਐਂ ਦੱਸ ਆਪਣੇ ਪਿੰਡੋਂ ਕਿਹੜੇ ਕਿਹੜੇ ਮਰੇ ਨੇ ਅੱਛਾ ਯਾਰ ਤਿੰਨੋਂ ਮਰ ਗਏ ਚੱਲ ਠੀਕ ਆ ਬਾਈ
वो शुक्र है बब्बू कोई आत्मा नहीं सी। मैं तो तुम्हें पहले ही कहा सी कि बब्बू मरिया नहीं है तो वह कोई आत्मा नहीं सी। वो पर तेनू की पता यार बब्बू कोई आत्मा नहीं थी। मैं यार सामने गल करके आया आमो सामने गल करते ने मुर्दे नाल मिलाप करके आया। मैं यार कहता तैं बब्बू कोई आत्मा नहीं सी। पर मैनू तो सारा पता लगता। की पता तेन उई मरी नहीं है बकवास। मैनू सब पता लगता क्योंकि मैं एक आत्मा। आत्मा वो सच तैं जिंदा किवें खोलिया? चाबी तो मेरी जेब च है। जे तुसी जिंदा ला के जाते ता ही ना तुसी जिंदा ला के नहीं गए। वो यार मैं जिंदा ला के गया आपके हथ जिंदा ला के गया। जे जिंदा ला के जाते तो जिंदा लग्या हों उ कोई जिंदा नहीं। ओ नहीं यार हम मैं तेन किवें यकीन देव। चल मैं तो पानी पी गया। हाँ जी फिर दोस्तों किवें लगी अपनी वीडियो लाइक ते कमेंट करके दसियो ते नाल दी नाल अपना चैनल सबसक्राइब कर लो ते बैल आइकन प्रेस कर लो भाई ते एवें दी नवी नवी वीडियो आउंदियां रहणगियां ते अगली वीडियो बहुत सोहनी है वो आ रही अगले हफ्ते तां करके चैनल नूं सबसक्राइब कर लो ते सानू इंस्टाग्राम ते फॉलो कर लो और मैं आईडी शो करदा ते सानू जरूर फॉलो करियो भाई। धन्यवाद।